ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰਾਈਮ ਵੂਮਨ ਪ੍ਰੋਗਰਾਮ ਲੈ ਕੇ ਅਸੀਂ ਫਿਰ ਤੋਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਰਮਨ ਧੂਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਰਮਨ ਜੀ? ਹਾਲ ਚਾਲ ਵਧੀਆ। ਨਹੀਂ, ਵੈਸੇ ਪੂਰਨ ਤੌਰ ਤੇ ਵਧੀਆ ਨਹੀਂ ਹੈ, ਤੁਸੀਂ ਖੁੱਲ ਕੇ ਦੱਸ ਸਕਦੇ ਹੋ। ਬਿਲਕੁਲ, ਉਹ ਮੌਸਮ ਦਾ ਥੋੜ੍ਹਾ ਜਿਹਾ ਹੁੰਦਾ ਨਾ, ਬਾਰਿਸ਼ ਹੋ ਗਈ ਅਤੇ ਕੱਲ੍ਹ ਦਰਬਾਰ ਸਾਹਿਬ ਚਲੇ ਗਏ ਅਤੇ ਉਹ ਪਹਿਲਾਂ ਘਰੋਂ ਬਹੁਤ ਜ਼ਿਆਦਾ ਗਰਮੀ ਸੀ, ਉੱਥੇ ਆ ਕੇ ਬਾਰਿਸ਼ ਦੇ ਵਿੱਚ ਤੁਰੇ ਫਿਰਦੇ ਰਹੇ ਅਤੇ ਮੇਰੇ ਖਿਆਲ ਤੋਂ ਉਹਦਾ ਥੋੜ੍ਹਾ ਜਿਹਾ ਹੋ ਗਿਆ। ਚਲੋ ਕੋਈ ਗੱਲ ਨਹੀਂ, ਇਹ ਮਾੜਾ ਜਿਹਾ ਹੋਣਾ ਹੀ ਚਾਹੀਦਾ ਕਿਉਂਕਿ ਫਿਰ ਬੰਦਾ ਨਾ ਥੋੜਾ ਜਿਹਾ ਵਾਹਵਾ ਹੀ ਹੋ ਗਿਆ, ਜਿਹੜਾ ਤੁਹਾਨੂੰ ਮੈਂ 2-3 ਘੰਟੇ ਵੇਟ ਕਰਾਈ ਨਾ, ਵਾਹਵਾ ਹੀ ਹੋ ਗਿਆ। ਚਲੋ ਕੋਈ ਗੱਲ ਨਹੀਂ, ਸਿਹਤ ਤੇ ਸਭ ਕੁਝ ਹੈ, ਅਸੀਂ ਤੁਹਾਡੀ ਸਿਹਤ ਯਾਬੀ ਦੀ ਕਾਮਨਾ ਕਰਦੇ ਹਾਂ। ਹੋਰ ਸੁਣਾਓ, ਮੌਸਮ ਕਿਵੇਂ ਹੈ? ਮੌਸਮ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਬਹੁਤ ਜ਼ਿਆਦਾ ਕਈ ਕਈ ਜਗ੍ਹਾ ਤੇ ਗਰਮੀ ਆ, ਪਰ ਕਈ ਜਗ੍ਹਾ ਤੇ ਕੱਲ ਬਾਰਿਸ਼ ਵੀ ਹੋਈ ਹੈ ਜੀ। ਕੱਲ ਬਹੁਤ ਮੀਂਹ ਪਿਆ ਜਲੰਧਰ ਦੇ ਵਿੱਚ ਵੀ ਥੋੜਾ ਜਿਹਾ ਹੈਗਾ, ਪਰ ਹੈਰਾਨੀ ਵਾਲੀ ਗੱਲ ਹਰਮਨ ਜੀ, ਜਿਵੇਂ ਅੱਗੇ ਹੁੰਦਾ ਸੀ ਨਾ ਮੀਂਹ ਪੈ ਜਾਂਦਾ ਸੀਗਾ, ਮੀਂਹ ਪੈ ਕੇ ਤੇ ਬਾਅਦ ਚ 2-3 ਦਿਨ ਮੌਸਮ ਬਹੁਤ ਠੰਡਾ ਰਹਿੰਦਾ ਸੀ। ਦੇਖੋ ਰਮਨ ਜੀ, ਇਹ ਭਾਦੋਂ ਦਾ ਮਹੀਨਾ ਤੇ ਮੇਰੇ ਪਾਪਾ ਹੁਣੀ ਦੱਸਦੇ ਨੇ, ਕਹਿੰਦੇ ਵੀ ਤੁਹਾਨੂੰ ਪਤਾ ਭਾਦੋਂ ਦੇ ਇਤਿਹਾਸ ਦੇ ਬਾਰੇ ਚ ਜਾਂ ਭਾਦੋਂ ਨੂੰ ਲੈ ਕੇ ਜੋ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਥੋੜੀਆਂ ਬਹੁਤੀਆਂ ਸੁਣੀਆਂ, ਪਰ ਆਪਾਂ ਦੱਸ ਹੀ ਦਈਏ ਫਿਰ ਥੋੜਾ ਜਿਹਾ। ਜਿਹੜਾ ਭਾਦੋਂ ਦਾ ਮਹੀਨਾ ਹੁੰਦਾ ਨਾ, ਭਾਦੋਂ ਕਹਿੰਦੇ ਵੀ 11 ਭਰਾਵਾਂ ਦੀ ਇਕੱਲੀ ਭੈਣ ਹੈ। ਅੱਛਾ, ਤੇ ਜੇ ਕਿਤੇ ਵਿਟਰ ਜਵੇ, ਇਹਨੂੰ ਰੱਖੜੀ ਤੇ ਚਾਹੀਦਾ ਸੂਟ ਨਾ ਦਿੱਤਾ ਜਾਵੇ, ਹਨਾ, ਇਹਨੂੰ ਰੱਖੜੀ ਤੇ ਵਧੀਆ ਤਰੀਕੇ ਨਾਲ ਨਾ ਮਿਲਿਆ ਵਰਤਿਆ ਜਾਵੇ ਤੇ ਵਿਗੜ ਜਾਂਦੀ ਹੈ, ਤੇ ਜੇ ਭਾਦੋਂ ਵਿਗੜ ਜਵੇ ਤੇ ਫਿਰ ਕਦੇ ਕਾਬੂ ਨਹੀਂ ਆਉਂਦੀ। ਨਹੀਂ, ਇਹ ਜਿਹੜੇ ਭਾਦੋਂ ਨੂੰ ਜਿਹੜਾ ਸੂਟ ਦੇਣ ਵਾਲਾ, ਇਹ ਆਪਾਂ ਨੂੰ ਦਿੱਤਿਆਂ ਚੱਲੂਗਾ ਜੇ ਆਪਾਂ? ਅਸਲ 'ਚ ਚੱਕਰ ਇਹ ਹੈ ਵੀ ਇਹ ਸਿਆਣਿਆਂ ਦੀ ਬਣਾਈ ਹੋਈ ਗੱਲ ਹੈ ਵੀ ਕਹਿੰਦੇ ਵੀ ਜੇਕਰ ਭਾਦੋਂ ਦੇ ਵਿੱਚ ਮੌਸਮ ਵਿਗੜ ਜਾਵੇ, ਜੇਕਰ ਮੀਂਹ ਪੈਣੇ ਸ਼ੁਰੂ ਹੋ ਜਾਣ ਤੇ ਫਿਰ ਭਾਦੋਂ ਵਾਲੇ ਜਿਹੜੇ ਮੀਂਹ ਨੇ ਉਹ ਛੇਤੀ ਰੁਕਦੇ ਨਹੀਂ, ਉਹਦੇ ਨਾਲ ਫਿਰ ਜ਼ਿਆਦਾਤਰ ਜਿਹੜੇ ਹੜ੍ਹ ਨੇ ਜਾਂ ਜ਼ਿਆਦਾਤਰ ਜਿਹੜਾ ਪਾਣੀ ਗੋਡੇ ਗੋਡੇ ਤਾਈਂ ਭਰਦਾ, ਇਹ ਭਾਦੋਂ ਦੇ ਮਹੀਨੇ ਦੇ ਵਿੱਚ ਹੀ ਹੁੰਦਾ। ਸੋ ਇਸ ਲਈ ਕਿਹਾ ਜਾਂਦਾ ਵੀ ਇਹ ਭਾਦੋਂ ਜਿਹੜੀ ਹੈ ਉਹ ਬਾਕੀ 11 ਭਰਾਵਾਂ ਦੀ ਇਕੱਲੀ ਇਕੱਲੀ ਭੈਣ ਹੈ ਤੇ ਲਾਡਲੀ ਬਹੁਤ ਹੈ, ਇਹਦੇ ਨਾਲ ਪਿਆਰ ਪਿਆਰ ਨਾਲ ਚੱਲਣਾ ਚਾਹੀਦਾ। ਚਲੋ, ਮੈਂ ਚੱਲੀ ਤਾਂ ਪਿਆਰ ਨਾਲ ਸੀ, ਮੇਰੇ ਨਾਲ ਪਤਾ ਨਹੀਂ ਕਾਹ ਤੋਂ ਇਕੱਲੀ ਨਾਲ ਵਿਟਰ ਗਈ। ਤੁਹਾਡਾ ਸੂਟ ਫਿਰ ਸਹੀ ਨਹੀਂ ਬੈਠਿਆ ਉਹਨੂੰ? ਹਾਂ, ਸ਼ਾਇਦ ਲੱਗਦਾ ਹੈ, ਹਨਾ। ਚਲੋ ਮੈਂ ਦੇਖਦੀ ਹਾਂ, ਮੈਂ ਕਹਿ ਕੇ ਉਹ ਜਿਹੜੇ ਭਰਾਵਾਂ ਨੂੰ ਸਾਰਿਆਂ ਨੂੰ ਨਾ ਸੂਟ ਤੁਹਾਨੂੰ ਦਵਾ ਦਿੰਨੀ ਆ, ਫੇਰ ਮਿਹਰਬਾਨੀ ਅਗਲੀ ਵਾਰ ਤੁਸੀਂ ਮੈਨੂੰ ਦਵਾ ਦਿਓ। ਦੇਖੋ ਫਿਰ ਅਗਲੀ ਵਾਰ ਮੈਂ ਇਹੋ ਜਿਹੀ ਹੋਰ ਨਵੀਂ ਕਹਾਣੀ ਦੇ ਨਾਲ ਜ਼ਰੂਰ ਜੇ ਇੱਦਾਂ ਹੀ ਸੂਟ ਬਣਦੇ ਹੁਣ ਤੇ ਹੋਰ ਕੀ ਚਾਹੀਦਾ ਹੈ। ਮੈਂ ਤਾਂ ਹੀ ਮੈਂ ਰਿਸ਼ਵਤ ਦਊਂਗੀ ਨਾ ਅਗਲੀ ਵਾਰ ਜੇ ਤੁਹਾਡੇ ਨਾਲ ਕਿਤੇ ਵਿਟਰ ਕੇ ਮੈਨੂੰ ਦਵਾ ਦਿਓ। ਜ਼ਰੂਰ ਜ਼ਰੂਰ। ਸੋ ਖੈਰ, ਜਿਹੜੀਆਂ ਰਸਮੀ ਗੱਲਾਂ ਬਾਤਾਂ ਨੇ ਪ੍ਰਾਈਮ ਵੂਮਨ ਦੇ ਵਿੱਚ, ਆਪਾਂ ਉਹਦੀ ਸ਼ੁਰੂਆਤ ਕਰਦੇ ਹਾਂ। ਅੱਜ ਜਿਹੜੀ ਕੁੜੀ ਦੀ ਮੈਂ ਗੱਲ ਸੁਣਾਉਣੀ ਹੈ ਜੀ, ਉਹ ਕੁੜੀ ਤੁਹਾਡੀ ਸਰਨਾਮੀ ਹੈ। ਅੱਛਾ ਜੀ। ਅੱਛਾ, ਉਹ ਤੂਰ ਸਾਹਿਬ ਹੈ? ਨਹੀਂ, ਉਹ ਤੂਰ ਸਾਹਿਬ ਨਹੀਂ ਹੈਗੇ, ਉਹ ਰਮਨਦੀਪ ਕੌਰ ਜੀ। ਓ ਅੱਛਾ ਅੱਛਾ। ਤੁਸੀਂ ਰਮਨਪ੍ਰੀਤ ਹੋ ਤੇ ਉਹ ਰਮਨਦੀਪ ਨੇ, ਪਰ ਇਹ ਕੁੜੀ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਛਾਈ ਹੋਈ ਹੈ, ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਅੱਗੇ ਤੋਂ ਅੱਗੇ ਫੈਲੀਆਂ, ਔਰ ਉਹਨਾਂ ਵੀਡੀਓਜ਼ ਦੇ ਵਿੱਚ ਜਦੋਂ ਬੰਦਾ ਵੇਖਦਾ ਇਸ ਕੁੜੀ ਨੂੰ, ਇਸ ਧੀ ਨੂੰ ਬੋਲਦਿਆਂ ਹੋਇਆ, ਤੇ ਹਰ ਕੋਈ ਇਹੀ ਕਹਿੰਦਾ ਵੀ ਵਾਹ ਓਏ, ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀ ਹੈ। ਕੀ ਬਾਤ ਹੈ! ਕਿਉਂਕਿ ਜੇ ਇਸ ਲਹਿਜ਼ੇ ਦੇ ਵਿੱਚ, ਜੇ ਇਸ ਕਹਿ ਲਓ ਵੀ ਹਿੰਮਤ ਦੇ ਨਾਲ, ਹਨਾ, ਜਿਹੜੇ ਸਖ਼ਤ ਕਹਿ ਲਓ ਸ਼ਬਦਾਂ ਨੂੰ ਵਰਤ ਕੇ ਉਹਨਾਂ ਨੂੰ ਬੋਲਣਾ ਚਾਹੀਦਾ, ਉਹਨਾਂ ਨੂੰ ਵਰਤ ਕੇ ਜਦੋਂ ਬੋਲਦੀ ਹੈ ਕੁੜੀ, ਤੇ ਸਾਰੇ ਦੇ ਸਾਰੇ ਮੂਹਰੇ ਚੁੱਪ ਖੜੇ ਨੇ, ਪਤਾ ਵੀ ਕੁੜੀ ਸੱਚ ਬੋਲ ਰਹੀ ਹੈ, ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਵੀ ਕੁੜੀ ਕਿੰਨੀ ਹਿੰਮਤ ਵਾਲੀ ਹੋਏਗੀ। ਬਾਕੀ ਉਹ ਸ਼ੇਰ ਬੱਚੀ ਹੋਊਗੀ ਤੇ ਉਹਦੇ ਬਾਰੇ ਦੱਸ ਵੀ ਦਿਓ ਕਿ ਉਹਨਾਂ ਨੇ ਕੀ ਖਾਸ ਕੀਤਾ। ਇਹਦਾ ਇਲਾਕਾ ਵੀ ਤੁਹਾਡੇ ਵਾਲਾ ਹੀ ਹੈ? ਅੱਛਾ ਜੀ, ਲਓ ਫਿਰ ਤਾਂ ਮਾਣ ਵਾਲੀ ਗੱਲ ਹੈ ਨਾ ਮੇਰੇ ਲਈ। ਬਿਲਕੁਲ ਸਹੀ, ਇਹ ਸਾਰੇ ਪੰਜਾਬ ਲਈ ਵੈਸੇ ਬਹੁਤ ਮਾਣ ਵਾਲੀ ਗੱਲ ਹੈ, ਪੰਜਾਬ ਨੂੰ ਇਹੋ ਜਿਹੀਆਂ ਹੋਰ ਧੀਆਂ ਦੀ ਵੀ ਲੋੜ ਹੈ, ਕਿਉਂਕਿ ਇਹ ਜਿਹੜੀ ਕੁੜੀ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਾ ਜ਼ੀਰਾ ਜ਼ਿਲ੍ਹੇ ਦੇ ਵਿੱਚ ਜ਼ੀਰਾ ਤਹਿਸੀਲ ਹੈ, ਤੇ ਉੱਥੋਂ ਦਾ ਇੱਕ ਛੋਟਾ ਜਿਹਾ ਪਿੰਡ ਹੈ ਮਰਖਾਈ ਜੀ। ਇਹ ਉਸ ਪਿੰਡ ਜਿਹੜਾ ਉਹ ਪਿੰਡ ਹੈ ਉੱਥੋਂ ਦੀ ਰਹਿਣ ਵਾਲੀ ਕੁੜੀ ਹੈ, ਤੇ ਜਦੋਂ ਕਿਤੇ ਤੁਸੀਂ ਉਸ ਪਿੰਡ ਦੇ ਵਿੱਚ ਜਾ ਕੇ ਪੁੱਛਦੇ ਹੋ ਨਾ ਵੀ ਰਮਨਦੀਪ ਨੂੰ ਮਿਲਣਾ ਜਾਂ ਰਮਨ ਦਾ ਘਰ ਕਿੱਥੇ ਹੈ, ਤੇ ਮੋਰੋ ਲੋਕੀ ਪਤਾ ਕੀ ਕਹਿੰਦੇ ਨੇ, ਅੱਛਾ ਉਹ ਸੋਸ਼ਲ ਮੀਡੀਆ ਵਾਲੀ ਕੁੜੀ। ਕੀ ਬਾਤ ਹੈ! ਕਿਉਂਕਿ ਹਾਲਾਂਕਿ ਇਹ ਜਿਹੜੀ ਕੁੜੀ ਹੈ ਇਹ ਸਮਾਜਿਕ ਮੁੱਦਿਆਂ ਨੂੰ ਲੈ ਕੇ ਬਹੁਤ ਪਹਿਲਾਂ ਤੋਂ ਸੰਘਰਸ਼ ਕਰ ਰਹੀ ਹੈ, ਬਹੁਤ ਪਹਿਲਾਂ ਤੋਂ ਉਹਨਾਂ ਦੇ ਲਈ, ਲੋਕਾਂ ਦੇ ਲਈ ਖੜ ਰਹੀ ਹੈ, ਸਮਾਜਿਕ ਮੁੱਦਿਆਂ ਨੂੰ ਲੈ ਕੇ ਬੋਲ ਰਹੀ ਹੈ, ਪਰ ਸੋਸ਼ਲ ਮੀਡੀਆ ਨੇ ਰਾਤੋਂ ਰਾਤ ਇਸ ਕੁੜੀ ਨੂੰ ਸਟਾਰ ਬਣਾ ਦਿੱਤਾ। ਕੀ ਬਾਤ ਹੈ! ਇਹ ਜਿਹੜੀ ਕੁੜੀ ਹੈ ਇਹਦੀ ਆਪਦੀ ਕਹਾਣੀ ਬਹੁਤ ਜ਼ਿਆਦਾ ਰਮਨ ਜੀ ਦੁਖਦਾਇਕ ਹੈ, ਮੈਂ ਪੜ੍ਹ ਰਹੀ ਸੀ ਇਹਨਾਂ ਦੇ ਬਾਰੇ 'ਚ ਤੇ ਮੈਨੂੰ ਬੜਾ ਦੁੱਖ ਹੋਇਆ, ਕਿਉਂਕਿ ਜਦੋਂ ਆਮ ਤੌਰ 'ਤੇ ਆਪਾਂ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ ਜਾਂ ਕਿਸੇ ਦੇ ਨਾਲ ਇਹ ਚੀਜ਼ਾਂ ਵਾਪਰੀਆਂ ਹੋਣ ਤੇ ਬੰਦਾ ਟੁੱਟ ਜਾਂਦਾ ਹੈ, ਬਿਲਕੁਲ, ਪਰ ਇਹ ਕੁੜੀ ਨੇ ਜਿਹੜੀ ਹਿੰਮਤ ਦਿਖਾਈ ਹੈ ਉਹ ਵਾਕਈ ਕਾਬਿਲੇ ਤਾਰੀਫ ਹੈ ਜੀ। ਇਹ ਕੁੜੀ ਦੇ 2 ਵਿਆਹ ਹੋਏ ਨੇ, ਓ, ਤੇ ਇਸ ਤੋਂ ਵੀ ਜ਼ਿਆਦਾ ਜਿਹੜੀ ਦੁੱਖ ਵਾਲੀ ਗੱਲ ਹੈ, ਠੀਕ ਹੈ ਤੁਸੀਂ ਕਿਸੇ ਦੇ ਨਾਲ ਤੁਹਾਡੀ ਜੇ ਮਾਨਸਿਕ ਤੌਰ ਦੇ ਉੱਪਰ ਤੁਹਾਡੇ ਜਿਹੜੇ ਕਹਿ ਲਓ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਕਿਸੇ ਨਾਲੋਂ ਵੀ ਅੱਡ ਹੋ ਸਕਦੇ ਹੋ, ਬਿਲਕੁਲ, ਪਰ ਇਹਨਾਂ ਦੇ 2 ਵਿਆਹਾਂ ਦੇ ਪਿੱਛੇ ਕਹਾਣੀ ਇਹ ਹੈ ਵੀ 2 ਵਿਆਹ ਹੋਏ ਪਰ ਦੋਵੇਂ ਘਰ ਵਾਲੀ ਨਸ਼ੇੜੀ, ਓ, ਦੋਵੇਂ
ਅੱਛਾ ਇਹ ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਕਹਿੰਦੇ ਇੱਕ ਤੂਤ ਲੱਗਿਆ ਹੋਇਆ, ਉਹ ਇਹਨਾਂ ਦੇ ਦਾਦਾ ਜੀ ਦੇ ਵੱਲੋਂ ਲਗਾਇਆ ਗਿਆ ਸੀ ਤੇ ਅਕਸਰ ਉਹਨਾਂ ਉਸ ਤੂਤ ਨਾਲੇ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਨਿੱਕੀ ਹੁੰਦੀ, ਹੈ ਨਾ, ਤੇ ਕਹਿੰਦੇ ਵੀ ਤੂਤ ਵਰਗੀ ਮੇਰੀ ਕਹਾਣੀ ਹੈ ਵੀ ਜੇਕਰ ਕੋਈ ਕਹਿ ਲਓ ਵਾਹਨ ਜੇ ਨਹੀਂ ਲੰਘਦਾ ਤੇ ਅਸੀਂ ਫੱਟ ਕਹਿੰਦੇ ਤੂਤ ਦੀਆਂ ਟਾਹਣੀਆਂ ਵੱਢ ਦਿਓ, ਜੇਕਰ ਕੰਧ ਖੜੀ ਕਰਨੀ ਤੂਤ ਨੂੰ ਇੱਕ ਬੰਨੇ ਬੰਨ ਦਿਓ, ਜੇਕਰ ਵੈਸੇ ਨਿਆਣਿਆਂ ਨੇ ਖੇਡਣਾ ਤੂਤ ਦੇ ਪੱਤੇ ਤੋੜ ਲੈਂਦੇ ਨੇ, ਹੈ ਨਾ, ਏਦਾਂ ਕਹਿੰਦੇ ਮੈਂ ਵੀ ਉਸੇ ਵਾਕਨ ਹਾਂ ਹਨਾ। ਇਹ ਦਸਵੀਂ ਦੀ ਪੜ੍ਹਾਈ ਇਹਨਾਂ ਨੇ ਕੀਤੀ ਤੇ ਜਿਵੇਂ ਦਸਵੀਂ ਪੂਰੀ ਹੋਈ ਤੇ 2006 ਦੇ ਵਿੱਚ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਜੀ। ਇਹ ਘਰਦਿਆਂ ਨੂੰ ਕਿਹਾ ਗਿਆ ਸੀ ਕਿ ਜਿਹੜਾ ਮੁੰਡਾ ਹੈ ਉਹ ਇੱਕ ਸਰਕਾਰੀ ਨੌਕਰ ਹੈ, ਮਤਲਬ ਸਰਕਾਰੀ ਨੌਕਰੀ ਦੇ ਉੱਪਰ ਤੈਨਾਤ ਹੈ ਤੇ ਕੁੜੀ ਜਿਹੜੀ ਖੁਸ਼ ਰਹੂਗੀ, ਵਧੀਆ ਇਹਦਾ ਜੀਵਨ ਜਿਹੜਾ ਉਹ ਅੱਗੇ ਨਿਕਲੇਗਾ ਜੀ। ਪਰ ਇਹ ਸਭ ਝੂਠ ਸੀ। ਤੇ ਸਭ ਤੋਂ ਜ਼ਿਆਦਾ ਸੱਟ ਤਾਂ ਰਮਨ ਨੂੰ ਕਹਿੰਦੇ ਉਦੋਂ ਲੱਗੀ ਜਦੋਂ ਇਹਨੂੰ ਵਿਆਹ ਤੋਂ ਮਹੀਨੇ ਦੇ ਵਿੱਚ ਇਹ ਪਤਾ ਲੱਗ ਗਿਆ ਵੀ ਮੇਰਾ ਘਰ ਵਾਲਾ ਨਸ਼ੇੜੀ ਹੈ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਮਹੀਨੇ ਦੇ ਵਿੱਚ ਹੀ ਉਸ ਅਨਿਆਂ ਦੇ ਖਿਲਾਫ ਜਾਂ ਕਹਿ ਲਓ ਵੀ ਉਹ ਨਸ਼ੇੜੀ ਘਰ ਵਾਲੇ ਦੇ ਖਿਲਾਫ, ਉਸ ਸਾਰੇ ਘਰ ਦੇ ਖਿਲਾਫ ਨਾ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਇਹਨਾਂ ਦੀ ਦਾਦੀ ਜੀ ਨੇ ਇਹਨਾਂ ਦਾ ਸਾਥ ਦਿੱਤਾ ਜੀ। ਸੋ ਕੋਈ 2.5 ਸਾਲ ਦੇ ਨੇੜੇ ਤੇੜੇ ਕਹਿੰਦੇ ਵੀ ਇਹਨਾਂ ਦਾ ਕੇਸ ਚੱਲਿਆ, ਮੁਕੱਦਮਾ ਚੱਲਿਆ, ਔਰ ਉਸ ਤੋਂ ਬਾਅਦ ਇਹ ਆਪਣੇ ਘਰ ਵਾਲੇ ਨਾਲੋਂ ਅੱਡ ਹੋ ਗਏ। ਪਰ ਜਦੋਂ ਉੱਥੋਂ ਅੱਡ ਹੋਏ ਤਾਂ ਉਸ ਤੋਂ ਮਗਰੋਂ ਇਹਨਾਂ ਨੇ 12ਵੀਂ ਜਿਹੜੀ ਹੈ ਉਹ ਕੀਤੀ, ਕਿਉਂਕਿ ਪਹਿਲਾਂ 10 ਹੀ ਪੜ੍ਹੇ ਸੀ, 12ਵੀਂ ਕੀਤੀ। ਉਸ ਤੋਂ ਬਾਅਦ ਲੈਬ ਟੈਕਨੀਸ਼ੀਅਨ ਦਾ ਇਹਨਾਂ ਨੇ ਕੋਰਸ ਕੀਤਾ ਤੇ ਜਿਸ ਤੋਂ ਬਾਅਦ ਆਪਣੀ ਪੜ੍ਹਾਈ ਜਿਹੜੀ ਅੱਗੇ ਤੋਰੀ ਔਰ ਹਸਪਤਾਲਾਂ ਦੇ ਵਿੱਚ ਨੌਕਰੀ ਕਰਦੇ ਰਹੇ। ਉਸ ਤੋਂ ਬਾਅਦ ਇਹਨਾਂ ਨੇ ਕਹਿੰਦੇ ਕਿ ਭਰੂਣ ਹੱਤਿਆ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਸਮਾਜ ਦੇ ਵਿੱਚ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਇਹਨਾਂ ਨੇ ਨਾਟਕ ਲਿਖਣੇ ਸ਼ੁਰੂ ਕੀਤੇ, ਕਈ ਵਿਦਿਅਕ ਅਦਾਰਿਆਂ ਦੇ ਵਿੱਚ ਜਾ ਕੇ ਉਹ ਨਾਟਕ ਦੇਣੇ, ਬੱਚਿਆਂ ਨੂੰ ਖਿਡਾਉਣੇ, ਹੈ ਨਾ, ਇਹ ਇਸ ਵਾਲੇ ਬੰਨੇ ਨੂੰ ਇਹ ਤੁਰ ਪਏ ਜੀ। ਉਸ ਤੋਂ ਬਾਅਦ ਵਿੱਚ ਕਹਿੰਦੇ ਕਿ ਦੂਸਰੀ ਸ਼ਾਦੀ ਜਿਹੜੀ ਉਹ 2011 ਦੇ ਵਿੱਚ ਇਹਨਾਂ ਦੀ ਫਾਜ਼ਿਲਕਾ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜੰਡ ਵਾਲਾ ਪਿੰਡ ਹੈ ਉੱਥੇ ਇਹਨਾਂ ਦਾ ਦੂਜਾ ਵਿਆਹ ਕਰ ਦਿੱਤਾ ਗਿਆ, ਪਰ ਲੜਕਾ ਜਿਹੜਾ ਉਹ ਸਿਰਫ 10 ਪੜ੍ਹਿਆ ਸੀ। ਰਮਨ ਨੇ ਉਸ ਮੁੰਡੇ ਨੂੰ ਪੜ੍ਹਾਈ ਦੇ ਬਾਬਤ ਦੱਸਿਆ, ਪੜ੍ਹਾਈ ਦੀ ਮਹੱਤਤਾ ਦੇ ਬਾਰੇ ਚ ਦੱਸਿਆ ਤੇ ਉਹਨੂੰ ਕਿਹਾ ਵੀ ਤੈਨੂੰ ਅੱਗੇ ਪੜ੍ਹਨਾ ਚਾਹੀਦਾ ਹੈ ਤੇ ਕਹਿ ਕਹਾ ਕੇ ਇਹਨੇ ਆਪਣੇ ਘਰ ਵਾਲੇ ਨੂੰ 12 ਪੜ੍ਹਾ ਦਿੱਤੀਆਂ ਜੀ। ਪਰ ਦੁੱਖ ਜਿਹੜੇ ਉਹ ਕਦੇ ਵੀ ਬੰਦੇ ਦਾ ਕਹਿੰਦੇ ਹੁੰਦੇ ਵੀ ਜੇ ਇੱਕ ਵਾਰ ਪੇਸ਼ ਪੈ ਜਾਣ ਨਾ ਖਿਹੜਾ ਛੇਤੀ ਨਹੀਂ ਛੱਡਦੇ। ਇਹ ਜਿਹੜਾ ਦੂਸਰੀ ਥਾਂ ਦੇ ਉੱਪਰ ਇਹਨਾਂ ਦਾ ਵਿਆਹ ਕੀਤਾ ਗਿਆ ਤੇ ਉਹ ਵੀ ਲੜਕਾ ਜਿਹੜਾ ਉਹ ਨਸ਼ੇ ਦੀ ਲੱਤ ਤੋਂ ਪਹਿਲਾਂ ਹੀ ਜ਼ਿਆਦਾ ਗ੍ਰਸਤ ਸੀਗਾ, ਉਹਨੂੰ ਵੀ ਨਸ਼ਾ ਕਰਨ ਦੀ ਆਦਤ ਸੀ। ਬੜੀ ਕੋਸ਼ਿਸ਼ ਕੀਤੀ, ਬੜਾ ਸਮਝਾਇਆ ਬੁਝਾਇਆ, ਪਰ ਉਹਨੇ ਨਸ਼ਾ ਕਰਨਾ ਨਹੀਂ ਛੱਡਿਆ ਜੀ। ਜਿਸ ਤੋਂ ਬਾਅਦ ਵਿੱਚ ਇਹਨਾਂ ਦੇ ਆਪਣੇ ਬੱਚੇ, 3 ਸਾਲਾਂ ਦੀ ਬੇਟੀ ਤੇ ਕੁਛ ਕੁ ਮਹੀਨਿਆਂ ਦਾ ਜਿਹੜਾ ਬੇਟਾ ਹੈ, 9 ਮਹੀਨਿਆਂ ਦਾ ਬੇਟਾ ਸੀ, ਤੇ ਉਸ ਵੇਲੇ ਉਹ ਬੰਦਾ ਜਹਾਨੋਂ ਤੁਰ ਗਿਆ। ਓਹੋ, ਕਿੰਨੇ ਦੁੱਖ ਦੀ ਗੱਲ ਆ, ਕਿੰਨੇ ਦੁੱਖ ਦੀ ਗੱਲ ਆ। ਔਰ ਤੁਸੀਂ ਇਹ ਵੇਖੋ ਕਿ ਮੈਨੂੰ ਬੜਾ ਦੁੱਖ ਹੋਇਆ ਇਹ ਪੜ੍ਹ ਕੇ ਵੀ ਹੁਣ, ਕਿਉਂਕਿ 2 ਬੱਚੇ ਸੀ, ਰਮਨ ਆਪ ਸੀ, ਹੈ ਨਾ, ਤੇ ਜਿਹੜੇ ਘਰ ਦੇ ਸੀਗੇ ਉਸ ਘਰ ਦੇ ਵਿੱਚ ਰਹਿਣ ਵਾਲੇ ਜੀ ਸੀ, ਉਹਨਾਂ ਨੇ ਰਮਨ ਦਾ ਖਰਚਾ ਪਾਣੀ ਚੱਕਣ ਤੋਂ ਮਨਾ ਕਰ ਦਿੱਤਾ ਵੀ ਅਸੀਂ ਨੀ ਇਹਨੂੰ ਸਾਂਭ ਸਕਦੇ ਵੀ ਆਪਦੇ ਘਰੇ ਚਲ ਜਾਵੇ। ਹਾਲਾਂਕਿ ਰਮਨ ਕਦੇ ਵੀ ਉਹਨਾਂ ਬਾਰੇ ਮਾੜਾ ਨਹੀਂ ਕਹਿੰਦੀ, ਕਿਉਂਕਿ ਉਹ ਕਹਿੰਦੀ ਵੀ ਜਿਹਨਾਂ ਨੇ ਆਪਦਾ ਇੱਕ ਪੁੱਤ ਗਵਾਇਆ ਹੋਵੇ, ਹੈ ਨਾ, ਬਿਲਕੁਲ ਇਹ ਉਹ ਪਰਿਵਾਰ ਜਾਣਦਾ। ਔਰ ਸਭ ਤੋਂ ਮਾੜੀ ਗੱਲ ਇਹ ਵੀ ਉਸ ਘਰ ਦੇ ਵਿੱਚ 2 ਹੀ ਪੁੱਤ ਸੀਗੇ, ਹੈ ਨਾ, ਜਿੱਥੇ ਦੂਸਰੀ ਵਾਰ ਵਿਆਹੀ ਗਈ ਸੀ, ਔਰ ਦੂਸਰਾ ਮੁੰਡਾ 20 ਨਸ਼ੇ ਦੀ ਜਕੜ ਦੇ ਵਿੱਚ ਸੀ। ਕਿੰਨੀ ਮਾੜੀ ਗੱਲ ਹੈ, ਹੈ ਨਾ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਤਾਂ ਹੀ ਕਿਹਾ ਵੀ ਬੰਦੇ ਨਾਲ ਇਹ ਕੁਝ ਵਾਪਰਿਆ ਹੋਇਆ ਨਾ, ਬੰਦਾ ਉਹੀ ਹਥਿਆਰ ਸੁੱਟ ਦਿੰਦਾ, ਉਹ ਡੱਟ ਕੇ ਖੜ ਨਹੀਂ ਪਾਉਂਦਾ ਵੀ ਪਤਾ ਨਹੀਂ ਕੀ ਹੋਣਾ। ਪਰ ਰਮਨ ਨੇ ਇਹ ਸਭ ਕੁਝ ਨਹੀਂ ਕੀਤਾ, ਇਹਨੇ ਹਾਰ ਕੇ ਆਪਦੇ ਘਰੇ ਆਈ, ਆਪਣੇ ਘਰ ਆ ਕੇ ਤੇ ਇਹਨੇ ਦੇਖਿਆ ਵੀ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ, ਇਹਨੇ ਸੋਚਿਆ ਵੀ ਮੈਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਲੜਨਾ ਜੀ, ਤੇ ਇਹਨਾਂ ਸਾਰੀਆਂ ਸਮੱਸਿਆਵਾਂ ਤੇ ਜਿੱਤ ਹਾਸਲ ਕਰਨੀ ਹੈ ਜੀ। ਜ਼ਿੰਦਗੀ ਨੂੰ 2 ਵਾਰੀ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਇਹਦੇ ਵਿੱਚ ਇਹ ਸਮਝ ਨਹੀਂ ਆਉਂਦੀ ਵੀ ਦੋਸ਼ ਕਿਹਨੂੰ ਦਿੱਤਾ ਜਾਵੇ, ਹੈ ਨਾ। ਪਰ ਮੇਰਾ ਇਹ ਨਿੱਜੀ ਜਿਹੜਾ ਹੈਗਾ ਵਿਚਾਰ ਹੈ ਕਿ ਜਦੋਂ ਅਸੀਂ 2 ਰਿਸ਼ਤਿਆਂ ਨੂੰ ਜੋੜਦੇ ਹਾਂ ਤੇ ਬਹੁਤ ਵਾਰੀ ਜਿਹੜਾ ਵਿਚੋਲੇ ਦੀ ਜਿਹੜੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ, ਹੈ ਨਾ, ਤੇ ਮੈਨੂੰ ਨਹੀਂ ਪਤਾ ਵੀ ਉਹ ਲੋਕ ਇਹ ਸਮਝ ਵੀ ਪਾਉਂਦੇ ਆ ਕਿ ਨਹੀਂ, ਕਿ ਕਿੱਡੀ ਵੱਡੀ ਜ਼ਿੰਮੇਵਾਰੀ ਆ, ਹੈ ਨਾ, ਕਿ ਇੱਕ ਮਾਸੂਮ ਕੁੜੀ ਆ ਜਿਹਦੇ ਜਿਹੜੀ ਆਪਦੀ ਜ਼ਿੰਦਗੀ ਦੇ ਵਿੱਚ ਠੋਕਰਾਂ ਖਾ ਕੇ ਵੀ ਕਿਤੇ ਨਾ ਕਿਤੇ ਆਪਦੇ ਖਾਬਾਂ ਨੂੰ ਸੰਜੋਏ ਬੈਠੀ ਹੈ, ਉਹਨੇ ਪੜ੍ਹਨ ਦੀ ਕੋਸ਼ਿਸ਼ ਕੀਤੀ, ਉਹਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਤੇ ਤੁਸੀਂ ਦੱਸਿਆ ਕਿ ਉਹਨੇ ਮੁੰਡੇ ਨੂੰ ਵੀ ਇੱਕ ਜਿਹੜੇ ਆਪਦੇ ਪਤੀ ਨੂੰ ਵੀ, ਹੈ ਨਾ, ਅੱਗੇ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ, ਹੈ ਨਾ, ਤੇ ਕਿੰਨੀ ਜ਼ਿਆਦਾ ਖੂਬਸੂਰਤ ਜ਼ਿੰਦਗੀ ਨੂੰ ਉਹ ਸਿਰਜਣ ਦੇ ਕਾਬਲ ਸੀ। ਤੇ ਪਰ ਕਿਉਂਕਿ ਕਹਿੰਦੇ ਮੈਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਨਾ ਕਿ ਗੱਡੀ ਦੇ 2 ਪਹੀਆਂ 'ਚੋਂ ਜੇ 1 ਪਹੀਆ ਖਰਾਬ ਹੋਵੇ ਜਾਂ ਉਹਨੂੰ ਖਰਾਬ ਕਰ ਦਿੱਤਾ ਜਾਵੇ ਤੇ 1 ਪਹੀਏ ਨਾਲ ਤਾਂ ਕੋਈ ਵੀ ਕਿਤੇ ਨਹੀਂ ਪਹੁੰਚ ਸਕਦਾ, ਚਾਹੇ ਉਹ ਕਿੰਨਾ ਵੀ ਵਧੀਆ ਹੋਵੇ ਆਪਣੇ ਆਪ ਦੇ ਵਿੱਚ, ਹੈ ਨਾ, ਬਿਲਕੁਲ ਸਹੀ। ਤੇ ਇਹਦੇ ਵਿੱਚ ਹੁਣ ਆਪਾਂ ਦੋਸ਼ ਕਿਹਨੂੰ ਦੇ ਸਕਦੇ ਹਾਂ? ਬਿਲਕੁਲ ਸਹੀ, ਇਹ ਹੈ ਨਾ, ਸਾਰੀ ਇਹ ਜਜਮੈਂਟ ਕਰਨੀ ਬਹੁਤ ਔਖੀ ਆ। ਪਰ ਜਦੋਂ ਰਮਨ ਨੇ ਇਹਨਾਂ
ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਤਾਂ ਇੱਕ ਜਿਹੜੀ ਚੰਗੀ ਗੱਲ ਹੋਈ ਉਹ ਹੋਈ ਕਿ ਜਿਹੜਾ ਇਹਨਾਂ ਦੇ ਘਰ ਵਾਲੇ ਦਾ ਭਰਾ ਸੀਗਾ, ਜਿਹੜਾ ਮੈਂ ਤੁਹਾਨੂੰ ਕਿਹਾ ਵੀ ਉਹ ਵੀ ਨਸ਼ੇ ਦੀ ਜਕੜ ਦੇ ਵਿੱਚ ਸੀ, ਉਹ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੇ ਬਾਬਤ ਪੜ੍ਹ ਕੇ ਉਹ ਆਪ ਹੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਚਲਾ ਗਿਆ ਵੀ ਮੈਂ ਨਸ਼ਾ ਛੱਡਣਾ। ਕੁਝ ਲੇਟ ਹੀ ਸਹੀ, ਪਰ ਕਿਸੇ ਨੇ ਤਾਂ ਜਿਹੜਾ ਹੈਗਾ ਮੋੜਾ ਪਾਇਆ। ਖੈਰ ਉਹਦੀ ਆਪਦੀ ਜ਼ਿੰਦਗੀ ਵਿਚਾਰੀ ਦੀ ਬਹੁਤ ਜਿਹੜੀ ਪਰੇਸ਼ਾਨੀ ਵਾਲੀ ਹੋ ਗਈ ਨਾ। ਬਿਲਕੁਲ, ਪਰ ਇਹਨਾਂ ਦੇ ਬਾਬਤ ਥੋੜੀਆਂ ਜਿਹੀਆਂ ਗੱਲਾਂ ਹੋਰ ਨੇ ਜਿਹੜੀਆਂ ਜਿਨ੍ਹਾਂ ਦੀ ਆਪਾਂ ਸਾਂਝ ਜ਼ਰੂਰ ਪਾਉਣੀ ਹੈ, ਪਰ ਇੱਥੇ ਵੇਲਾ ਵਕਫੇ ਦਾ ਹੋ ਗਿਆ, ਨਿੱਕਾ ਜਿਹਾ ਵਕਫਾ ਲੈਂਦੇ ਹਾਂ ਅਤੇ ਫਿਰ ਮਿਲਦੇ ਹਾਂ। ਪ੍ਰਾਈਮੇਸ਼ਾ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਵੂਮਨ 'ਚ। ਮੈਂ ਹਰਮਨ ਥਿੰਦ, ਮੇਰੇ ਨਾਲ ਹਾਜ਼ਰ ਨੇ ਰਮਨ ਤੂਰ ਜੀ, ਤੇ ਆਪਾਂ ਗੱਲ ਕਰ ਰਹੇ ਸੀ ਰਮਨ ਗਿੱਲ ਹੋਰਾਂ ਦੇ ਬਾਰੇ ਜੀ। ਸੋ ਉਹਨਾਂ ਦੇ ਬਾਰੇ 'ਚ ਮੈਂ ਤੁਹਾਨੂੰ ਦੱਸ ਰਹੀ ਸੀ ਰਮਨ ਜੀ ਵੀ ਜਿਸ ਤਰੀਕੇ ਨਾਲ ਉਹ ਅੱਗੇ ਵਧੇ, ਹਾਲਾਂਕਿ ਰਮਨ ਹੋਰਾਂ ਨੇ ਇੱਕ ਪਿੰਡ ਦੇ ਵਿੱਚ ਲੈਬੋਰਟਰੀ ਵੀ ਖੋਲ੍ਹੀ ਸੀ, ਪਰ ਕਿਹਾ ਇਹ ਜਾਂਦਾ ਹੈ ਕਿ ਉਸ ਲੈਬੋਰਟਰੀ ਦੇ ਉੱਪਰ ਵੀ ਜਿਹੜੇ ਨਸ਼ਾ ਤਸਕਰ ਸੀ, ਜਾਂ ਕਹਿ ਲਓ ਵੀ ਜਿਹੜੇ ਨਸ਼ੇੜੀ ਲੋਕ ਸੀ, ਉਹਨਾਂ ਦੀ ਅੱਖ ਸੀ ਵੀ ਇਹ ਕਿਵੇਂ ਹੋ ਰਿਹਾ ਹੈ ਨਾ। ਇੱਕ ਤਾਂ ਕੁਝ ਕੁ ਵੈਸੇ ਹੀ ਕੜਾਂ ਪੈ ਜਾਂਦੀਆਂ ਨੇ ਵੀ ਇਹ ਕਿਵੇਂ ਸਹੀ ਰਾਹ 'ਤੇ ਤੋਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਨੇ ਉਸ ਲੈਬੋਰਟਰੀ ਨੂੰ ਤੋੜ ਦਿੱਤਾ। ਨਾਲੇ ਚੰਗੇ ਰਸਤੇ 'ਤੇ ਤੁਰਨ ਵਾਲਿਆਂ ਦੇ ਦੁਸ਼ਮਣ ਜ਼ਿਆਦਾ ਹੀ ਹੁੰਦੇ ਆ ਜੀ। ਅਤੇ ਬਾਕੀ ਜਿਹੜੀਆਂ ਤੁਸੀਂ ਇਹ ਸਾਰੀ ਜਾਣਕਾਰੀ ਦਿੱਤੀ, ਖੈਰ ਮੈਨੂੰ ਇੰਨਾ ਜ਼ਿਆਦਾ ਇਹਨਾਂ ਬਾਰੇ ਨਹੀਂ ਸੀ ਪਤਾ ਹੈ ਨਾ, ਪਰ ਇਹਨਾਂ ਦੀ ਵੀਡੀਓ ਮੈਂ ਦੇਖੀ ਸੀਗੀ ਅਤੇ ਮੈਨੂੰ ਐਂ ਲੱਗਿਆ ਸੀਗਾ ਵੀ ਉਹ ਕਿੰਨੀ ਜ਼ਿਆਦਾ ਸਤੀ ਹੋਈ ਸੀਗੀ, ਕਿੰਨੀ ਜ਼ਿਆਦਾ ਔਖੀ ਸੀ ਇਹਨਾਂ ਚੀਜ਼ਾਂ ਤੋਂ, ਅਤੇ ਉਹ ਸਿਰਫ ਆਪਣੇ ਜਿਹੜੇ ਘਰੇਲੂ ਦਰਦ ਕਰਕੇ ਨਹੀਂ ਬੋਲ ਰਹੀ ਸੀ। ਮੈਂ ਦੇਖਿਆ ਸੀਗਾ ਕਿ ਉਹ ਬੀਬੀ ਉੱਚੀ ਉੱਚੀ ਬੋਲ ਰਹੇ ਸੀਗੇ ਕਿ ਮੈਂ ਫਲਾਣੇ ਰੋਡ 'ਤੇ ਜਾ ਕੇ ਇਕੱਲੀ ਖੜੀ, ਮੈਂ ਫਲਾਣੇ ਰੋਡ 'ਤੇ ਇਕੱਲੀ ਖੜੀ ਅਤੇ ਮੇਰੇ ਨਾਲ ਕੋਈ ਵੀ ਆ ਕੇ ਨਹੀਂ ਖੜਿਆ ਜੀ। ਮੈਂ ਪੜ੍ਹ ਰਹੀ ਸੀ ਇਹਨਾਂ ਬਾਰੇ, ਕਹਿੰਦੇ ਵੀ ਮੈਂ ਜੋ ਲੈਬੋਰਟਰੀ ਖੋਲ੍ਹੀ ਉਹਨਾਂ ਨੇ ਤੋੜਤੀ, ਹੁਣ ਬੱਚੇ ਤਾਂ ਕਿਸੇ ਤਰੀਕੇ ਨਾਲ ਪਾਲਣੇ ਨੇ ਨਾ, ਇਹਨਾਂ ਨੇ ਸਿਲਾਈ ਦਾ ਕੰਮ ਸ਼ੁਰੂ ਕੀਤਾ ਅਤੇ ਉਹਦੇ ਰਾਹੀਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਰਹੇ ਨੇ। ਅਤੇ ਉਸ ਤੋਂ ਇਲਾਵਾ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਗਲਤਾਨ ਹੋਏ ਪਏ ਨੇ, ਜਾਂ ਜਿਹਨਾਂ ਦੇ ਪਰਿਵਾਰਾਂ ਨੇ ਕਹਿ ਲਓ ਵੀ ਆਪਣੇ ਪੁੱਤ ਗਵਾ ਲਏ ਨਸ਼ੇ ਦਾ ਕਰਕੇ, ਉਹਨਾਂ ਦਾ ਸਹਾਰਾ ਵੀ ਇਹ ਕੁੜੀ ਬਣੀ ਹੋਈ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਤੁਸੀਂ ਇਹ ਵੇਖੋ, ਬਹੁਤ ਵਾਰ ਕਹਿੰਦੇ ਪੁਲਿਸ ਵਾਲਿਆਂ ਨਾਲ ਮਿਲ ਕੇ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਇਹਨਾਂ ਨੇ ਨਸ਼ੇ ਦੇ ਬਾਬਤ ਭਰੂਣ ਹੱਤਿਆ ਨੂੰ ਲੈ ਕੇ ਕਈ ਸਾਰੇ ਸੈਮੀਨਾਰ ਜ਼ਰੂਰ ਕਰਵਾਏ ਨੇ, ਪਰ ਨਾ ਪਿਛਲੇ ਦਿਨੀ ਮਰਖਾਈ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਉਹ ਨਸ਼ੇ ਦੀ ਭੇਟ ਚੜ ਗਿਆ, ਉਹਦੀ ਕਹਿ ਲਓ ਵੀ ਮੌਤ ਹੋ ਗਈ ਨਸ਼ੇ ਦੀ ਓਵਰਡੋਜ਼ ਦਾ ਕਰਕੇ। ਔਰ ਇਹ ਰਮਨ ਹੋਰੀ ਜਦੋਂ ਉੱਥੇ ਉਹਦੇ ਪਰਿਵਾਰ ਨਾਲ ਮਿਲਣ ਗਏ, ਜਾਂ ਜਦੋਂ ਉਸ ਮੁੰਡੇ ਨੂੰ ਇਹਨਾਂ ਨੇ ਵੇਖਿਆ ਉਹਦੀ ਲਾਸ਼ ਨੂੰ, ਤਾਂ ਕਹਿੰਦੇ ਮੇਰੀ ਰੂਹ ਕੰਬ ਗਈ ਵੀ ਅੱਗੇ ਤਾਂ ਮੈਂ ਸਿਰਫ ਸੈਮੀਨਾਰ ਕਰਾਉਂਦੀ ਸੀ ਵੀ ਇਹ ਇੰਨਾ ਮਾੜਾ ਹਸ਼ਰ ਹੈ ਨਾ। ਤੇ ਕਹਿੰਦੇ ਉਸ ਤੋਂ ਬਾਅਦ ਵਿੱਚ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਮਨ ਦੇ ਵਿੱਚ ਜ਼ਰੂਰ ਉੱਠੇ ਕਿ ਪੁਲਿਸ ਜਿਹੜੀ ਹੈ ਇਹ, ਕਿਉਂਕਿ ਹੁਣ ਧਮਕੀਆਂ ਵੀ ਮਿਲਣ ਲੱਗ ਗਈਆਂ ਰਮਨ ਨੂੰ ਬਹੁਤ ਸਾਰੀਆਂ ਹੈ ਨਾ, ਪਰ ਉਹ ਕਹਿੰਦੇ ਮੈਂ ਡਟੀ ਰਹੂੰਗੀ, ਮੈਨੂੰ ਕੋਈ ਪਰਵਾਹ ਨਹੀਂ ਹੈਗੀ ਹੈ ਨਾ। ਪਰ ਉਹ ਕਹਿੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੁਲਿਸ ਤੇ ਜਿਹੜੇ ਆਪਣੇ ਲੀਡਰ ਨੇ ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਕਿਵੇਂ ਨਸ਼ਾ ਵੇਖ ਸਕਦਾ। ਦੇਖੋ ਹਰਮਨ, ਵੈਸੇ ਤਾਂ ਜਿਹੜੀ ਇਹ ਤਾਂ ਬਿਨਾਂ ਸ਼ੱਕ ਜਿਹੜਾ ਤੁਸੀਂ ਪੁਲਿਸ ਦਾ ਤੇ ਲੀਡਰਾਂ ਦੀ ਜਿਹੜੀ ਮਿਲੀ ਭੁਗਤ ਦੀ ਗੱਲ ਕੀਤੀ ਹੈ ਨਾ, ਇਹ ਤਾਂ ਜੇ ਚਾਹੁਣ ਤੇ ਕੀ ਨਹੀਂ ਹੋ ਸਕਦਾ ਵੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਮਨਵਾਉਣੀਆਂ ਹੁੰਦੀਆਂ ਜਾਂ ਜਿਹੜਾ ਕੁਛ ਲਾਗੂ ਕਰਨਾ ਹੁੰਦਾ ਤਾਂ ਕਿਹੜੇ ਚੀਜ਼ ਲਾਗੂ ਨਹੀਂ ਹੋਈ ਹੈ ਨਾ। ਤੇ ਇਹਦੇ ਵਿੱਚ ਤਾਂ ਵਾਕਿਆ ਜਿਹੜੀ ਇਹਨਾਂ ਦੀ ਇੱਛਾ ਸ਼ਕਤੀ ਦੀ ਜਿਹੜੀ ਘਾਟ ਆ ਉਹ ਰੜਕਦੀ ਆ ਤੇ ਇਹ ਹੈਗੀ ਵੀ ਆ ਹੈ ਨਾ। ਪਰ ਜਿਹੜੀ ਅਸੀਂ ਗੱਲ ਕੀਤੀ ਆ ਰਮਨ ਜੀ ਦੀ ਹੈ ਨਾ, ਤੇ ਤੁਸੀਂ ਦੇਖੋ ਵੀ ਜਿੰਨਾ ਦਰਦ ਇਹਨਾਂ ਦੇ ਅੰਦਰ ਉੱਠਿਆ, ਜੇ ਕਿਤੇ ਹਰ ਇੱਕ ਇਨਸਾਨ ਦੇ ਅੰਦਰ ਉੱਠ ਜਾਵੇ ਪੰਜਾਬ ਦੇ ਅੰਦਰ ਹੈ ਨਾ, ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਕਹਿੰਦੇ ਹੁੰਦੇ ਨਾ ਜਨ ਸ਼ਕਤੀ ਜਦੋਂ ਇਕੱਠੀ ਹੋ ਜਾਂਦੀ ਹੈ ਨਾ, ਤੇ ਫਿਰ ਕੋਈ ਲੀਡਰ ਸ਼ੀਡਰ ਕੋਈ ਪੁਲਿਸ ਨਹੀਂ ਕੁਛ ਕੋਈ ਕੁਛ ਨਹੀਂ ਰੋਕ ਸਕਦਾ ਜੀ। ਰਮਨ ਦਾ ਵੀ ਇਹੀ ਕਹਿਣਾ, ਕਿੰਨਾ ਜ਼ਰੂਰੀ ਹੈ। ਬਿਲਕੁਲ, ਉਹਨਾਂ ਦਾ ਵੀ ਇਹੀ ਕਹਿਣਾ, ਕਹਿੰਦੇ ਕਿ ਹੁਣ ਜਨਤਕ ਅੰਦੋਲਨ ਹੀ ਇੱਕੋ ਇੱਕ ਰਾਹ ਹੈ ਵੀ ਲੋਕ ਇਕੱਠੇ ਹੋਣ, ਉਹ ਆਵਾਜ਼ ਚੁੱਕਣ, ਹੋਰ ਕੋਈ ਇਹਦਾ ਹੱਲ ਨਹੀਂ ਹੈ। ਕਹਿੰਦੇ ਵੀ ਸਾਡੀ ਜਿਹੜੀ ਪੀੜ੍ਹੀ ਹੈ ਇਹਨੂੰ ਨਸ਼ੇ ਚੋਂ ਕੱਢ ਪਾਉਣਾ ਬਹੁਤ ਔਖਾ, ਅਸੀਂ ਤਾਂ ਗਲ ਗਏ ਪੂਰੀ ਤਰ੍ਹਾਂ ਨਾਲ, ਪਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਬਚਾ ਲਈਏ। ਸੱਚੀ ਦੱਸੀਏ ਤੇ ਆਪਾਂ ਹੁਣ ਗੱਲ ਕਰ ਰਹੇ ਹਾਂ ਨਾ, ਜਿਹੜੇ ਜਿਹੜੇ ਲੋਕਾਂ ਨੂੰ ਇਹ ਜਗਾਉਣ ਦੀ ਕੋਸ਼ਿਸ਼ ਕਰ ਰਹੀ ਆ, ਅਸੀਂ ਦੁਆ ਕਰਦੇ ਹਾਂ ਕਿ ਜਾਗ ਜਾਣ, ਅਸੀਂ ਤਾਂ ਖੁਦ ਚਾਹੁੰਦੇ ਹਾਂ ਕਿ ਲੋਕ ਜਾਗ ਜਾਣ ਹੈ ਨਾ। ਪਰ ਸਾਡੇ ਲੋਕਾਂ ਦੇ ਨਾ, ਜਿਵੇਂ ਉਹ ਕਹਿੰਦੇ ਨੇ ਹੁੰਦੇ ਕਿ ਯੂਜ਼ ਟੂ ਹੋ ਗਏ ਹੋਏ ਆ, ਸਹਿਣ ਸ਼ਕਤੀ ਜੀ ਬਣ ਗਈ ਹੋਈ ਹੈ ਨਾ, ਉਹ ਦੋ ਕੁ ਦਿਨ ਜਿਵੇਂ ਉੱਥੇ ਗਏ ਹੋਣਗੇ ਸੰਸਕਾਰ ਤੇ, ਬੜੇ ਲੋਕ ਉਹਦੀਆਂ ਗੱਲਾਂ ਦੇ ਨਾਲ ਉਹਨਾਂ ਦੇ ਅੰਦਰ ਅੱਗ ਉੱਠੀ ਹੋਊਗੀ ਕਿ ਪਤਾ ਨਹੀਂ ਅਸੀਂ ਕੱਲ੍ਹ ਨੂੰ ਦੁਨੀਆ ਪਲਟ ਕੇ ਘਰ ਜਾ ਕੇ ਭੁੱਲ ਭੁਲਾ ਕੇ ਤੇ ਨੋਰਮਲ ਜੀ ਜ਼ਿੰਦਗੀ ਫੇਰ ਜੀਣ ਲੱਗ ਜਾਂਦੇ ਆ। ਸਾਡੇ ਜਿਹੜਾ ਜਨ ਸੈਲਾਬ ਆ ਜਾਂ ਥੋੜ੍ਹਾ ਜਿਹਾ ਜਨ ਰੋਹ ਆ ਜਿਹੜਾ, ਉਹ ਉਦੋਂ ਹੀ ਤੜਕਦਾ ਭੜਕਦਾ ਜਦੋਂ ਇੱਕ ਤਾਜ਼ੀ ਤਾਜ਼ੀ ਗੱਲ ਹੁੰਦੀ ਹੁੰਦੀ ਆ। ਕਿੰਨੀ ਵਾਰੀ ਅਸੀਂ ਬਲਾਤਕਾਰ ਦੀਆਂ ਗੱਲਾਂ ਤੇ ਰੌਲਾ ਪਾਉਂਦੇ ਆ, ਕਿੰਨੀ ਵਾਰੀ ਲੋਕ ਸੜਕਾਂ ਤੇ ਆਉਂਦੇ ਆ, ਕਿੰਨਾ ਕੁਛ ਕਰਦੇ ਆ, ਕੈਂਡਲ ਮਾਰਚ ਕਿੰਨੇ ਹੁੰਦੇ ਨੇ, ਕਿੰਨਾ ਰੌਲਾ ਪਾਉਂਦੇ ਆ, ਉਹਨਾਂ ਦਾ ਰਿਜ਼ਲਟ ਕੀ ਹੁੰਦਾ, ਦੋ ਦਿਨ ਬਾਅਦ ਕੀ ਹੁੰਦਾ, ਭੁੱਲ ਜਾਂਦੇ ਅਸੀਂ, ਅਸੀਂ ਵੇਟ ਕਰਨ ਲੱਗ ਜਾਂਦੇ ਕੋਈ ਨਵੀਂ ਘਟਨਾ ਵਾਪਰੇ ਫੇਰ ਆਵਾਂਗੇ ਸੜਕ ਤੇ। ਨਹੀਂ ਪਤਾ ਕੀ ਗੱਲ ਆ, ਸਾਡੇ ਨੇਤਾ ਵੀ ਸਾਡੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਵੀ ਤਾਂ ਇਸੇ ਚੀਜ਼ ਦਾ ਫਾਇਦਾ ਚੁੱਕਦੀਆਂ ਨੇ ਨਾ, ਵੀ ਲੋਕਾਂ ਨੂੰ ਸਮਝਣ ਲੱਗ ਪਏ, ਉਹ ਸਮਝਣ ਲੱਗ ਪਏ। ਕੋਈ ਵੀ ਮੁੱਦਾ ਸਿਰਫ ਦੋ ਤਿੰਨ ਦਿਨਾਂ ਦਾ ਹੁੰਦਾ, ਉਸ ਤੋਂ ਬਾਅਦ
ਦੇ ਕੇ ਕਰਾਂਗੇ, ਠਾਓ ਇਹਨਾਂ ਨੂੰ ਘਰੇ ਭੇਜੋ ਰੋਟੀ ਖਾ ਕੇ, ਜਦੋਂ ਏਸੀ ਥੱਲੇ ਸੌਂਗੇ ਇਹਨਾਂ ਨੇ ਭੁੱਲ ਭੁਲਾ ਜਾਣਾ, ਉਹ ਕਹਿੰਦੇ ਆਪਾਂ ਆਪਦੀ ਐਸ਼ ਕਰੋ, ਹੈ ਨਾ। ਇਹ ਜਿਹੜੀਆਂ ਚੀਜ਼ਾਂ ਵਾਕਈ ਜਿਹੜੀਆਂ ਖਰਾਬ ਚੀਜ਼ਾਂ ਹੈਗੀਆਂ। ਜੇ ਤੁਹਾਡੀ ਇਹ ਗੱਲ ਖਤਮ ਹੋਈ ਹੋਵੇ ਤੇ ਆਪਾਂ ਦੂਜੀ ਖਬਰ ਵੱਲ ਚੱਲੀਏ। ਜੀ ਜ਼ਰੂਰ, ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਰਮਨ ਦੀ ਤਰ੍ਹਾਂ ਸਾਡੇ ਸਾਰਿਆਂ ਦੇ ਅੰਦਰ ਜਜ਼ਬਾ ਹੋਣਾ ਚਾਹੀਦਾ। ਆਪਾਂ ਰਲ ਮਿਲ ਕੇ ਬਹੁਤ ਕੁਝ ਕਰ ਸਕਦੇ ਹਾਂ, ਪਰ ਕੱਲਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਹੈ ਨਾ। ਤੇ ਜਿਹੜੀਆਂ ਮੇਰੇ ਕੋਲੇ ਜਿਹੜੀਆਂ ਦੋ ਖਬਰਾਂ ਹੈਗੀਆਂ ਵਾ, ਇਹ ਨਾ ਬਹੁਤ ਹੀ ਅਜੀਬ ਗਰੀਬ ਆ, ਖੈਰ ਜਿਹੜੀਆਂ ਦੁਖਦ ਖਬਰਾਂ ਵਾ ਉਹਨਾਂ ਦੇ ਨਾਲ ਸਾਡਾ ਵਾਸਤਾ ਇਸ ਲਈ ਜ਼ਿਆਦਾ ਪੈ ਰਿਹਾ ਕਿਉਂਕਿ ਦੁਖਦ ਚੀਜ਼ਾਂ ਵਾਪਰ ਜ਼ਿਆਦਾ ਰਹੀਆਂ ਸਾਡੇ ਆਲੇ ਦੁਆਲੇ, ਹੈ ਨਾ। ਤੇ ਇਹ ਚੀਜ਼ਾਂ ਦੇ ਵਿੱਚ ਅਸੀਂ ਗੱਲਬਾਤ ਇਹ ਵੀ ਕਰਾਂਗੇ ਕਿ ਕ੍ਰਾਈਮ ਹੋ ਕਿਉਂ ਰਿਹਾ ਇੱਦਾਂ ਦਾ, ਹੈ ਨਾ। ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਪਹਿਲੂ ਹੋਣਗੇ ਜਿਹੜੇ ਕਾਰਨ ਬਣਦੇ, ਹੈ ਨਾ। ਇੱਕ ਤਾਂ ਜੀ 6ਵੀਂ ਕਲਾਸ ਦੀ ਇੱਕ ਬੱਚੀ ਆ ਛੋਟੀ ਜੀ, ਉਹਦੇ ਨਾਲ ਉਹਦੇ ਵੱਡੇ ਭਰਾ ਨੇ ਘਰ ਵਿੱਚ ਹੀ 4 ਵਾਰ ਜਿਹੜਾ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ। ਉਹ ਬੱਚੀ ਨੇ ਘਬਰਾਈ ਹੋਈ ਨੇ, ਆਪਣੀ ਜਿਹੜੀ ਆਵਾਜ਼ ਬੁਲੰਦ ਨਹੀਂ ਕਰ ਪਾਈ, ਡਰੀ ਰਹੀ ਜਾਂ ਕਿੰਨੀ ਛੋਟੀ ਹੋਊਗੀ ਜੇ ਉਹਦਾ ਭਰਾ ਹੀ, ਹੈ ਨਾ, ਕਾਫ਼ੀ ਜਿਹੜਾ 19 ਸਾਲ ਦਾ ਭਰਾ ਸੀਗਾ ਜਿਹਨੇ ਇਹ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਮਾਂ ਅਪਾਹਜ ਜੀ ਉਹ ਬੱਚੀ ਨੇ ਦੱਸਿਆ, ਅਤੇ ਉਹਨੇ ਮਾਂ ਕੀ ਕਰ ਸਕਦੀ ਸੀ, ਉਹਨੇ ਡਾਂਟਿਆ ਅਤੇ ਉਹਨੇ ਕਿਹਾ ਵੀ ਕੁੜੀ ਤੋਂ ਦੂਰ ਰਿਹਾ ਕਰ, ਹੈ ਨਾ। ਜਦੋਂ ਫਿਰ ਵੀ ਗੱਲ ਨਾ ਬਣਦੀ ਦੇਖੀ ਤਾਂ ਪੁਲਿਸ ਦੇ ਮੁਤਾਬਕ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਹੈਗੀਆਂ ਸਿਲੇਬਸ ਦੀਆਂ, ਉਹਨਾਂ ਦੇ ਅੰਤ ਦੇ ਵਿੱਚ ਜਿਹੜੀਆਂ ਚਿਲਡਰਨ ਹੈਲਪਲਾਈਨ ਨੰਬਰ ਜਿਹੜੇ ਹੋਏ ਆ ਲਿਖੇ ਹੋਏ ਆ, ਅਤੇ ਉਹਦੇ ਉਸ ਨੰਬਰ ਦੇ ਉੱਤੇ ਬੱਚੀ ਨੇ ਪਰੇਸ਼ਾਨ ਹੋ ਕੇ ਫੋਨ ਕਰ ਦਿੱਤਾ, ਅਤੇ ਤਾਂ ਜਾ ਕੇ ਜਿਹੜੀ ਪੁਲਿਸ ਉਹਨਾਂ ਤੱਕ ਪਹੁੰਚੀ। ਅਤੇ ਜਿਹੜੇ ਉਸ ਹੈਲਪਲਾਈਨ ਨੂੰ ਦੇ ਕੋਆਰਡੀਨੇਟਰ ਹੈਗੇ ਹਰਸ਼ਦੀਪ, ਉਹਨਾਂ ਨੇ ਦੱਸਿਆ ਕਿ ਇਸ ਨੰਬਰ ਉੱਤੇ ਮਹੀਨੇ ਦੇ ਵਿੱਚ 40 ਤੋਂ ਜ਼ਿਆਦਾ ਬੱਚਿਆਂ ਦੇ ਜਿਹੜੇ ਹੈਗੇ ਆ ਫੋਨ ਕਾਲਸ ਆਉਂਦੀਆਂ ਇਸੇ ਚੀਜ਼ ਨਾਲ ਸੰਬੰਧਿਤ। ਕਿੰਨੀ ਮਾੜੀ ਗੱਲ ਆ ਇਹ। ਇਹ ਤਾਂ ਚੀਜ਼ ਹੋ ਗਈ ਕਿ ਤੁਸੀਂ ਦੇਖੋ ਵੀ ਉਹ ਭਰਾ ਵਾ, ਹੈ ਨਾ, ਮੈਨੂੰ ਸਮਝ ਨਹੀਂ ਆਉਂਦੀ ਵੀ 19 ਸਾਲ ਦਾ ਵੀ ਦੇਖਿਆ ਜਾਵੇ ਤੇ ਸਾਡਾ ਜਿਹੜਾ ਸਮਾਜ ਉਹਦੇ ਵਿੱਚ ਉਹ ਬੱਚਾ ਹੀ ਹੁੰਦਾ, ਉਹਦੇ ਜਿਹੜੇ ਨੀਚੇ ਵੀ ਜਿਹੜੀ ਉਹਦੀ ਇੱਕ ਕਹਿ ਸਕਦੇ ਹਾਂ ਛਤਰ ਛਾਇਆ ਦੇ ਹੇਠਾਂ, ਹੈ ਨਾ, ਉਹਦੀ ਜਿਹੜੀ ਭੈਣ ਸੇਫ ਨਹੀਂ ਹੈਗੀ। ਅਤੇ ਦੂਜੀਆਂ ਜਿਹੜੀਆਂ ਇਹ ਚੀਜ਼ਾਂ ਵੀ 40 ਤੋਂ ਜ਼ਿਆਦਾ, ਹਰਮਨ ਜੀ, ਬਹੁਤ ਜ਼ਿਆਦਾ ਜੇ ਦੇਖਿਆ ਜਾਵੇ ਗਿਣਤੀ ਆ ਇੱਕ ਮਹੀਨੇ ਦੇ ਵਿੱਚ, ਉਹ ਵੀ ਬੱਚਿਆਂ ਵੱਲੋਂ ਕੰਪਲੇਨ ਜਾਣੀਆਂ। ਦੇਖਿਆ ਜਾਵੇ ਤਾਂ ਕਿੰਨੇ ਕੁ ਬੱਚੇ ਅਵੇਅਰ ਹੁੰਦੇ ਆ ਕਿ ਆਹ ਨੰਬਰ ਦੇ ਉੱਤੇ ਅਸੀਂ ਹੈਲਪ ਲੈ ਸਕਦੇ ਹਾਂ ਜਾਂ ਅਸੀਂ ਆਹ ਗੱਲ ਦੱਸਣੀ ਆ। ਪਰ ਨਾ ਮੈਂ ਇੱਕ ਚੀਜ਼ ਜ਼ਰੂਰ ਇੱਥੇ ਬੇਨਤੀ ਕਰਨਾ ਚਾਹੁੰਦੀ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਇਹਨਾਂ ਨੰਬਰਸ ਦੇ ਬਾਬਤ ਜਾਣਕਾਰੀ ਜ਼ਰੂਰ ਦਿਓ, ਕਿਉਂਕਿ ਜ਼ਰੂਰੀ ਨਹੀਂ ਕਿਸੇ ਇੱਕ ਵਿਸ਼ੇ ਨੂੰ ਲੈ ਕੇ, ਕੋਈ ਪਤਾ ਨਹੀਂ ਕਦੋਂ ਉਹਨਾਂ ਬੱਚਿਆਂ ਨੂੰ ਲੋੜ ਪੈ ਜਾਵੇ, ਕਦੋਂ ਆਪਣੀ ਜਿਹੜੀ ਸ਼ਿਕਾਇਤ ਆ ਉਹ ਇਹਦੇ ਉੱਪਰ ਦਰਜ ਕਰਾ ਸਕਦੇ ਨੇ। ਗੁੱਡ ਟੱਚ ਤੇ ਬੈਡ ਟੱਚ ਦੇ ਬਾਰੇ ਚ ਵੀ ਜ਼ਰੂਰ ਦੱਸੋ, ਚੰਗੀ ਤਰੀਕੇ ਨਾਲ ਤੁਹਾਨੂੰ ਕੌਣ ਛੂਹ ਰਿਹਾ ਵਾ, ਬੁਰੇ ਤਰੀਕੇ ਨਾਲ ਤੁਹਾਡੇ ਸਰੀਰ ਦੇ ਕਿਹੜੇ ਕਿਹੜੇ ਭਾਗਾਂ ਨੂੰ ਛੂਹ ਰਿਹਾ, ਇਹ ਤਾਂ ਮੇਰੇ ਖਿਆਲ ਦੇ ਵਿੱਚ ਸਾਡੇ ਤਾਂ ਕਦੇ ਗੱਲ ਹੀ ਨਹੀਂ ਹੁੰਦੀ ਭਾਰਤ ਦੇਸ਼ ਦੇ ਵਿੱਚ, ਪੰਜਾਬ ਦਾ ਖਾਸ ਤੌਰ ਤੇ। ਬਿਲਕੁਲ ਸਹੀ, ਇਹ ਜਦ ਕਿ ਬਹੁਤ ਜ਼ਰੂਰੀ ਹੈ, ਅਸੀਂ ਆਪਣੇ ਬੱਚਿਆਂ ਨੂੰ ਦੱਸੀਏ, ਬੱਚੇ ਨਾਲ ਗੱਲ ਕਰਨੀ ਨਹੀਂ ਆ, ਗਲਤ ਹੋ ਜਾਣਗੇ, ਗਲਤ ਨਹੀਂ ਹੋ ਜਾਣਗੇ, ਉਹਨਾਂ ਦੇ ਨਾਲ ਕੁਝ ਗਲਤ ਨਾ ਹੋਵੇ, ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਗਲਤ ਹੋ ਚੁੱਕੇ ਨੇ। ਉਹਦੀ ਇੱਕ ਮੇਰੇ ਕੋਲ ਹੋਰ ਉਦਾਹਰਨ ਹਰਮਨ ਜੀ, ਇਹ ਮੈਂ ਨਾਲ ਹੀ ਆਪਾਂ ਗੱਲ ਕਰ ਲੈਂਦੇ ਹਾਂ, ਇਹ ਪੱਖੋਵਾਲ ਲੁਧਿਆਣੇ ਦੀ ਗੱਲ ਹੈ। ਇੱਕ ਔਰਤ ਆਪਣੀ ਨਾ 1.25 ਸਾਲ ਦੀ ਬੱਚੀ ਨੂੰ, 1.25 ਸਾਲ ਦੀ ਮਾਸੂਮ ਬੱਚੀ ਨੂੰ ਗੁਆਂਢ, ਜਿਹੜੀ ਆਪਣੀ ਗੁਆਂਢਣ ਆ, ਉਹਦੇ ਇੱਕ ਮਹਿਜ਼ 14 ਸਾਲ ਦੇ ਭਰਾ ਦੇ ਕੋਲੇ ਛੱਡ ਗਈ ਕਿ ਬੇਟੇ ਮੇਰੇ ਇਹਨੂੰ ਭੈਣ ਨੂੰ ਦੇਖੀ ਆਪਦੀ ਨੂੰ, ਅਤੇ ਮੈਂ ਭੱਜ ਕੇ ਆਪਦੀ ਵੱਡੀ ਬੇਟੀ ਨੂੰ ਸਕੂਲੋਂ ਲਿਆਵਾਂ। ਜਦੋਂ ਵਾਪਸ ਆਉਂਦੀ ਆ, 14 ਸਾਲ ਦਾ ਬੱਚਾ, ਅਸੀਂ ਬੱਚਾ ਕਹਿੰਦੇ ਹਾਂ, ਉਹ ਉਸ ਬੱਚੀ ਨਾਲ ਜ਼ਬਰ ਜਨਾਹ ਕਰ ਰਿਹਾ ਸੀ, ਅਤੇ ਉਹ ਨਿੱਕੀ ਜਿਹੀ ਜਿਹੜੀ 1.25 ਸਾਲ ਦੀ ਬੱਚੀ ਉਹ ਖੂਨ ਨਾਲ ਲੱਥ ਪੱਥ ਮੰਜੇ ਉੱਤੇ ਪਈ ਹੋਈ ਸੀ। ਮਤਲਬ ਇਹ ਗੱਲ ਅਸੀਂ ਕਰ ਰਹੇ ਹਾਂ ਇਸ ਲਈ, ਮੈਨੂੰ ਨਹੀਂ ਪਤਾ ਵੀ ਉਹ 14 ਸਾਲ ਦੇ ਬੱਚੇ ਨੂੰ ਅਸੀਂ ਕਿੱਡਾ ਕੁ ਵੱਡਾ ਕ੍ਰਿਮੀਨਲ ਕਹੀਏ ਜਾਂ ਕੀ ਕਹੀਏ, ਪਰ ਤੁਸੀਂ ਇਹ ਦੇਖੋ ਹਰਮਨ ਜੀ, ਜਿਹੜੀ ਚੀਜ਼ ਹੋਈ ਆ ਉਹ ਬੁਰੀ ਹੋਈ ਆ। ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਵੀ ਉਸ 14 ਸਾਲ ਦੇ ਬੱਚੇ ਨੂੰ ਪਤਾ ਕਿਵੇਂ ਲੱਗਿਆ ਕਿ ਇਹ ਚੀਜ਼ਾਂ ਇੱਦਾਂ ਹੁੰਦੀਆਂ ਹੁੰਦੀਆਂ। ਬਿਲਕੁਲ, ਇੱਥੇ ਮਤਲਬ ਕਸੂਰਵਾਰ ਕੌਣ ਆ? ਸਾਡੇ ਘਰ ਦੇ ਮਾਹੌਲ ਕਸੂਰਵਾਰ ਆ, ਸਾਡੀਆਂ ਜਿਹੜੀਆਂ ਘਰ ਦੀਆਂ ਕੁਛ ਹਰ ਇੱਕ ਚੀਜ਼ ਦਾ ਇੱਕ ਪਰਦਾ ਹੁੰਦਾ, ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਆ। ਜਾਂ ਤਾਂ ਫਿਰ ਸਾਡੇ ਬੈਡਰੂਮਾਂ ਦੀਆਂ ਗੱਲਾਂ ਸਾਡੇ ਬੱਚਿਆਂ ਤੱਕ ਪਹੁੰਚਦੀਆਂ ਵਾ, ਜਾਂ ਅਸੀਂ ਘਰ ਦਾ ਮਾਹੌਲ ਉਹਨਾਂ ਨੂੰ ਉਦਾਂ ਦੇ ਰਹੇ ਹਾਂ, ਜਾਂ ਫਿਰ ਫੋਨਾਂ ਨੇ ਕੀਤਾ। ਬਿਲਕੁਲ ਸਹੀ, ਤੁਸੀਂ ਸਹੀ ਕਹਿ ਰਹੇ ਹੋ, ਅੱਧਿਓ ਜ਼ਿਆਦਾ ਬੇੜਾ ਕਰਕੇ ਨਾ ਫੋਨਾਂ ਨੇ ਕੀਤਾ। ਅਸੀਂ ਕਦੇ ਇਹ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸਾਡਾ ਬੱਚਾ ਫੋਨ ਦੇ ਉੱਪਰ ਕੀ ਕਰ ਰਿਹਾ, ਸਾਡਾ ਬੱਚਾ ਟੈਬ ਦੇ ਉੱਪਰ ਕੀ ਵੇਖ ਰਿਹਾ, ਸਾਡਾ ਬੱਚਾ ਫੋਨ ਨੂੰ ਕਿਵੇਂ ਵਰਤ ਰਿਹਾ, ਅਸੀਂ ਇਹ ਕੋਸ਼ਿਸ਼ ਨਹੀਂ ਕਰਦੇ ਦੇਖਣ ਦੀ। ਕਿੰਨੀ ਹੈਰਾਨੀ ਦੀ ਗੱਲ ਆ ਹਰਮਨ ਜੀ, ਤੁਸੀਂ ਸੋਚ ਕੇ ਦੇਖੋ, 14 ਸਾਲ ਦੇ ਬੱਚੇ ਨੂੰ ਆਪਾਂ ਕਹਿ ਦਿੰਦੇ ਆਮੀ ਪਿੰਡਾਂ 'ਚ ਵੀ ਇਹਨੂੰ ਨਲੀ ਨਹੀਂ ਚੱਜਣਾ ਪੁੰਝ ਨਹੀਂ ਆਉਂਦੀ, ਹੈ ਨਾ। ਅਤੇ ਜਿਹੜੀ ਇੰਨੀ ਜ਼ਿਆਦਾ ਵੱਡੀ ਅਤੇ ਡੂੰਘੀ ਗੱਲ ਉਹਨੂੰ ਪਤਾ ਲੱਗੀ ਆ, ਮਤਲਬ ਅਸੀਂ ਤਾਂ ਆਪਣੇ ਆਪ ਨੂੰ, ਅਸੀਂ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਹਾਂ ਪੰਜਾਬੀ, ਹੈ ਨਾ, ਅਤੇ ਅਸੀਂ ਮਤਲਬ ਬੱਚਿਆਂ ਦਾ ਤਾਂ ਬਚਪਨ ਹੀ ਖੋਲਿਆ, ਉਹ ਤਾਂ 14 ਸਾਲ ਦੇ ਬੱਚੇ ਨੂੰ ਬੱਚਾ ਥੋੜ੍ਹੀ ਕਹਿ ਸਕਦੇ ਜਿਹੜੀ ਐਡੀ ਵੱਡੀ ਚੀਜ਼ ਕਰਤੀ ਆ, ਕਿੰਨਾ ਪ੍ਰੀ ਮਚਿਓਰ ਹੋ ਚੁੱਕਿਆ ਉਹ। ਬਿਲਕੁਲ,
ਮਤਲਬ ਇਹ ਵੱਡਿਆਂ ਦੀਆਂ ਗੱਲਾਂ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਅਸੀਂ ਜੇ ਆਪਦਾ ਬਚਪਨਾ ਜਿਉਂਆ ਤੇ ਕਾਲਜਾਂ ਤੋਂ ਨਿਕਲ ਨੁਕਲ ਕੇ ਵੀ ਬਹੁਤ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਿਆ, ਮਤਲਬ ਕਦੇ ਕਦੇ ਬਹੁਤ ਹੁਣ ਚੀਜ਼ਾਂ ਦਾ ਪਤਾ ਲੱਗਦਾ, ਸ਼ਰਮ ਆਉਂਦੀ ਸੀ ਵੀ ਹਾਏ ਆਹ ਚੀਜ਼ ਦਾ ਪਤਾ ਹੀ ਨਹੀਂ ਸੀ ਕਿਹੜੇ ਵੇਲੇ ਕੀ ਬੋਲੇ ਜਾਂ ਕਿਹੜੇ ਵੇਲੇ ਕਿਵੇਂ ਦਾ ਰਿਐਕਟ ਕੀਤਾ. ਤੇ ਇਹ ਅਸੀਂ 14 ਸਾਲ ਦਾ ਬੱਚਾ ਜਾਂ ਉਹ ਜਿਹੜਾ 19 ਸਾਲ ਦਾ ਮੁੰਡਾ ਵਾ ਉਹਦੀ ਭੈਣ ਨੂੰ ਹੀ ਨਹੀਂ ਘਰੇ ਮਤਲਬ ਟਿਕਣ ਦੇ ਰਿਹਾ. ਮੈਂ ਤਾਂ ਇੱਕ ਖ਼ਬਰ ਪੜ੍ਹ ਕੇ ਰਮਨ ਜੀ ਹੈਰਾਨ ਹੀ ਹੋ ਗਈ, ਮੇਰਾ ਦਿਮਾਗ ਹੀ ਘੁੰਮ ਗਿਆ ਵੀ ਇੱਕ ਧਾਰਮਿਕ ਥਾਂ ਅਸਤਾ ਸੱਚੀ ਧਾਰਮਿਕ ਥਾਵਾਂ ਨੂੰ ਵੀ ਨਹੀਂ ਛੱਡਿਆ ਹੈਗਾ. ਉੱਥੇ ਇੱਕ ਔਰਤ ਆਪਣੇ 2 ਬੱਚਿਆਂ ਦੇ ਨਾਲ ਉਸ ਧਾਰਮਿਕ ਥਾਂ ਦੇ ਉੱਪਰ ਗਈ ਤੇ ਜਦੋਂ ਕਹਿੰਦੇ ਵੀ ਉਹ ਅੰਦਰ ਕਿਤੇ ਬੈਠੀ ਸੀ ਉਸ ਧਾਰਮਿਕ ਥਾਂ ਦੇ ਤਾਂ ਬੱਚਾ ਜਿਹੜਾ ਉਹ ਕਹਿੰਦਾ ਮੈਂ ਬਾਥਰੂਮ ਜਾਣਾ. ਦੋਵੇਂ ਭੈਣ ਭਰਾ ਉਹ ਬਾਥਰੂਮ ਕਰਨ ਲਈ ਹਨਾ ਉੱਥੇ ਚਲੇ ਗਏ 4-5 ਸਾਲ ਦੀ ਉਮਰ ਤੋਂ ਆ ਜਣਿਆਂ ਦੀ. ਜਦੋਂ ਉਹ ਦੋਵੇਂ ਇਕੱਲੇ ਜਾ ਰਹੇ ਸੀ ਤੇ ਇੱਕ ਬੰਦੇ ਨੇ ਦੋਵਾਂ ਨੂੰ ਇਕੱਲਿਆਂ ਨੂੰ ਜਾਂਦਿਆਂ ਨੂੰ ਵੇਖਿਆ ਕਿ ਇਹ ਕਿਤੇ ਜਾ ਰਹੇ ਨੇ ਹਨਾ. ਉਹ ਬੰਦਾ ਉਹਨਾਂ ਦੇ ਮਗਰ ਲੱਗ ਗਿਆ ਔਰ ਉਸ ਤੋਂ ਬਾਅਦ ਉਹ ਕੁੜੀ ਨੂੰ ਇੱਕ ਬੰਨੇ ਲੈ ਗਿਆ, ਮੁੰਡੇ ਨੂੰ ਕੋਈ ਕੰਮ ਕਹਿ ਕੇ ਤੇ ਉਹਨੂੰ ਪਰੇ ਭੇਜ ਦਿੱਤਾ. ਜਿਸ ਤੋਂ ਬਾਅਦ ਜਦੋਂ ਮਾਂ ਨੇ ਵੇਖਿਆ ਵੀ ਕਿੰਨੀ ਦੇਰ ਹੋ ਗਈ ਨਿਆਣੇ ਆਏ ਨਹੀਂ ਹੈਗੇ, ਮੁੰਡਾ ਇਕੱਲਾ ਵਾਪਸ ਮਾਂ ਕੋਲ ਚਲਾ ਗਿਆ ਹਨਾ, ਤੇ ਮਾਂ ਉਹਨੂੰ ਕਹਿੰਦੀ ਵੀ ਤੇਰੀ ਭੈਣ ਕਿੱਥੇ ਹੈ, ਉਹਨੂੰ ਕਿੱਥੇ ਛੱਡਿਆ, ਤੇ ਉਹਨੇ ਬਾਥਰੂਮ ਵੱਲ ਨੂੰ ਇਸ਼ਾਰਾ ਕਰ ਦਿੱਤਾ ਵੀ ਭੈਣ ਉੱਥੇ ਗਈ ਹੋਈ ਹੈ ਹਨਾ. ਮਾਂ ਕਹਿੰਦੀ ਵੀ ਕਾਫੀ ਦੇਰ ਹੋ ਗਈ ਆਈ ਨਹੀਂ, ਤੇ ਉਹ ਦੇਖਣ ਜਦੋਂ ਗਈ ਤੇ ਜਦੋਂ ਉੱਥੇ ਪਹੁੰਚੀ ਤੇ ਉਹ ਬੰਦਾ ਮਾਂ ਨੂੰ ਧੱਕਾ ਮਾਰ ਕੇ ਤਾਂ ਆਪ ਉੱਥੋਂ ਫਰਾਰ ਹੋ ਗਿਆ. ਜਦੋਂ ਉਹਨੇ ਆਪਦੀ ਧੀ ਵੱਲ ਵੇਖਿਆ ਤੇ ਉਹ ਖੂਨ ਨਾਲ ਲੱਥਪੱਥ ਉੱਥੇ ਪਈ. ਇਹ ਸਾਡੀਆਂ ਧਾਰਮਿਕ ਥਾਵਾਂ ਦੇ ਹਾਲਾਤ ਹੋ ਗਏ ਨੇ. ਅਸੀਂ ਕਿੱਥੇ ਸੁਰੱਖਿਅਤ ਆ? ਘਰ ਚ ਅਸੀਂ ਧਾਰਮਿਕ ਥਾਵਾਂ ਤੇ ਜਿਹੜਾ ਰੱਬ ਦੇ ਨਾਂ ਤੋਂ ਅਸੀਂ ਡਰਦੇ ਆ ਉਹਦੇ ਘਰ ਚ ਅਸੀਂ ਸੁਰੱਖਿਅਤ ਨਹੀਂ, ਸਮਾਜ ਚ ਅਸੀਂ ਸੁਰੱਖਿਅਤ ਨਹੀਂ, ਅਸੀਂ ਸੁਰੱਖਿਅਤ ਹਾਂ ਕਿੱਥੇ? ਮੇਰੇ ਖਿਆਲ ਦੇ ਵਿੱਚ ਇਹ ਬਹੁਤ ਹੀ ਸ਼ਰਮ ਦੀ ਗੱਲ ਆ. ਤੇ ਮੈਂ ਹਜੇ ਵੀ ਕਹਿੰਦੀ ਹਾਂ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਬਹੁਤ ਸਾਰੀਆਂ ਜ਼ਿੰਦਗੀਆਂ ਖਰਾਬ ਕਰਤੀਆਂ. ਸਾਡੇ ਬੱਚਿਆਂ ਨੂੰ ਅਸੀਂ ਪ੍ਰੀ ਮਚਿਓਰ ਕਰ ਦਿੱਤਾ ਹੋਇਆ ਹੈ ਨਾ, ਉਹ ਉਮਰੋਂ ਪਹਿਲਾਂ ਹੀ ਸਿਆਣੇ ਹੋ ਗਏ ਹੋਏ ਆ. ਤੇ ਜੇ ਮੋੜਾ ਪਾ ਸਕਦੇ ਹਾਂ ਤੇ ਮੈਨੂੰ ਲੱਗਦਾ ਸਾਨੂੰ ਮੋੜਾ ਪਾ ਲੈਣਾ ਚਾਹੀਦਾ, ਤੇ ਨਹੀਂ ਬਹੁਤ ਸ਼ਰਮ ਦੀ ਗੱਲ ਹੋਊਗੀ ਕਿ ਅਸੀਂ ਆਪਣੇ ਆਪ ਨੂੰ ਬਾਬੇ ਨਾਨਕ ਦੇ ਬੱਚੇ ਕਹਾਉਂਦੇ ਹਾਂ ਤੇ ਪਰ ਅਸੀਂ ਆਪਦੇ ਬੱਚਿਆਂ ਨੂੰ ਬੱਚੇ ਰਹਿਣ ਨਹੀਂ ਦਿੱਤਾ. ਬਿਲਕੁਲ ਸਹੀ. ਸੋ ਜੇ ਇਸ ਬਾਬਤ ਤੁਹਾਡੇ ਕੋਲ ਕੋਈ ਸੁਝਾਅ ਹੋਏ ਤਾਂ ਜ਼ਰੂਰ ਸਾਡੇ ਤੇ ਪਹੁੰਚਾਇਓ. ਫਿਲਹਾਲ ਦੇ ਲਈ ਪ੍ਰੋਗਰਾਮ ਸਮੇਟਦੇ ਹਾਂ ਜੀ, ਸਾਡੇ ਜਾਣ ਦਾ ਹੋ ਗਿਆ ਵੇਲਾ. ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ.